दूसरी शहादत ने लेखन वाले दिया अखां विच अथरू लै आंदे। हर धर्मी का मन हौकिया नाल भर गया, हर आत्मा कुरला उठी। इस्लाम की तारीख पढ़न वाले नूं ज्ञान होवेगा कि गैर मुसलमाना नूं इस्लाम के दायरे विच लियाउण वास्ते इंसानी जिंदगियां नूं खत्म करन लई तसीह देण लई किहड़ा रस्ता इस्लाम ने अख्तियार किया। तो साडे सामने एक फरिश्त लंघदी है सजावां दे तरीकियां दी, उसनूं यासा दीआं सजावां कहा जाए। यासा दीआं सजावां ऐसियां किस्म दीआं सजावां ने जिस नाल शरीर मनुखी मार दिता जाए, शहीद कर दिता जाए, पर उहदे शरीर विचों कोई खून का कतरा धरती ते ना डिगे। सारिआं नालों औखी मौत है जिन्ना देर ज्यादा शरीर कष्ट भोगदा रहेगा, बहुती देर तड़पदा रहेगा, उन्नी देर वो आत्मा ते शरीर बहुता चिर तकलीफ सहिंदा रहेगा। साहिब गुरु अर्जन देव महाराज जी नूं शहीद करन वास्ते जिहड़ा जहांगीर ने फुरमान दिता है उहदी आखिरी तुक ते आखिरी दो लफज में तुहाडी गुजारिश विच ਇਹ ਕਹਿ ਕੇ ਅਰਜ਼ ਕਰਨੀ ਚਾਹੁੰਦਾ ਕਿ ਯਾਸਾ ਦੀਆਂ ਸਜ਼ਾਵਾਂ ਗੁਰੂ ਅਰਜਨ ਦੇਵ ਜੀ ਲਈ ਨਿਯਤ ਕੀਤੀਆਂ ਗਈਆਂ। ਭਾਰਤ ਬਦਰਿਆਏ ਗੋਇੰਦਵਾਲ ਤੋਂ ਸ਼ੁਰੂ ਹੋ ਕੇ ਆਖਰੀ ਸ਼ਬਦ ਬਾਈ ਯਾਸਾ ਰਸਾਨਦ ਨਾਲ ਖਤਮ ਹੋ ਕਿ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਝੂਠ ਦੀ ਦੁਕਾਨ ਬੰਦ ਕਰਨ ਲਈ ਜਿਹੜੀ ਗੋਇੰਦਵਾਲ ਕਈਆਂ ਪੀੜ੍ਹੀਆਂ ਤੋਂ ਚਾਲੂ ਹੈ, ਜਹਾਂਗੀਰ ਕਹਿੰਦਾ ਉਸਦੇ ਸੰਚਾਲਕ ਗੁਰੂ ਅਰਜਨ ਦੇਵ ਜੀ ਨੂੰ ਯਾਸਾ ਦੀਆਂ ਸਜ਼ਾਵਾਂ ਦੇ ਕੇ ਸ਼ਹੀਦ ਕਰ ਦਿੱਤਾ ਜਾਏ ਜਾਂ ਉਸਨੂੰ ਇਸਲਾਮ ਦਾ ਧਾਰਨੀ ਬਣਾ ਲਿਆ। ਯਾਸਾ ਦੀਆਂ ਸਜ਼ਾਵਾਂ ਦੀ ਸਭ ਤੋਂ ਆਖਰੀ ਕਿਸ਼ਤ ਜਿਹੜੀ ਹੈ ਉਹਦਾ ਨਾਂ ਹੈ ਰਕਸੇ ਬਿਸਮਲ। ਕਤਲ ਕੀਤੇ ਗਏ ਮਨੁੱਖ ਦਾ ਨਾਚ ਇਹ ਕਿਸ ਤਰ੍ਹਾਂ ਹੁੰਦਾ ਕਿ ਇੱਕ ਆਦਮੀ ਨੂੰ ਕਤਲ ਕਰਨ ਤੋਂ ਪਹਿਲਾਂ ਇੱਕ ਥਾਂ ਤੇ ਬਿਠਾਇਆ ਜਾਂਦਾ, ਧੌਂਕਣੀਆਂ ਨਾਲ ਕੋਲਿਆਂ ਨਾਲ ਇੱਕ ਲਾਲ ਰੰਗ ਦਾ ਤਵਾ, ਲਾਲ ਸੂਹਾ ਲੋਹੇ ਦਾ ਕਰਕੇ ਕੋਲ ਰੱਖਿਆ ਜਾਂਦਾ ਤੇ ਜਲਾਦ ਉਸਨੂੰ ਸੰਨੀਆਂ ਪਾ ਕੇ ਉਡੀਕ ਵਿੱਚ ਹੁੰਦੇ ਨੇ ਆਪਣਾ ਕੰਮ ਕਰਨ ਲਈ। ਇੱਕ ਗਰਦਨ ਮਨੁੱਖੀ ਸਰੀਰ ਤੇ ਚੱਲਦੀ ਸਿਰ ਉੱਤਰਦਾ, ਉਸ ਕੱਟੇ ਹੋਏ ਘਰ ਤੇ ਫੌਰਨ ਉਸ ਭਖਿਆ ਹੋਇਆ ਲੋਹੇ ਦਾ ਤਵਾ ਚਸਪਾਂ ਕਰਤਾ ਜਾਂਦਾ, ਜ਼ੋਰ ਦਿੱਤਾ ਜਾਂਦਾ ਉਸ ਕੱਟੀ ਹੋਈ ਗਰਦਨ। ਲੋਹੇ ਨਾਲ ਕਿਸੇ ਇਨਸਾਨੀ ਜਿਸਮ ਨੂੰ ਸਾੜ ਦੇਣ ਦੇ ਅਰਥ ਇਹ ਨੇ ਕਿ ਖੂਨ ਨਿਕਲਣ ਵਾਲੀਆਂ ਧਮਨੀਆਂ ਨੂੰ ਸੀਲ ਕਰ ਦਿੱਤਾ ਜਾਏ। ਤਾਂ ਮਨੁੱਖੀ ਕੱਟਿਆ ਹੋਇਆ ਖੂਨ ਸਰੀਰ ਵਿੱਚੋਂ ਛੇਤੀ ਬਾਹਰ ਨਹੀਂ ਨਿਕਲਦਾ। ਨਤੀਜਾ ਕੀ ਨਿਕਲਦਾ ਹੈ? ਉਹ ਧੜ ਬਗੈਰ ਸੀਸ ਤੋਂ ਤੜਫਦਾ, ਨੱਚਦਾ ਭੱਜਦਾ ਤੇ ਉਸ ਨੱਠਣ ਭੱਜਣ ਨੂੰ ਉਹਦੇ ਤੜਫਣ ਨੂੰ ਇਹ ਈਮਾਨ ਵਾਲੇ ਲੋਕ ਰਕਸੇ ਬਿਸਮਲ ਕਹਿੰਦੇ। ਰਕਸੇ ਬਿਸਮਲ ਉਹ ਜਿਹੜਾ ਧਰਮ ਇੰਨਾ ਨਿਰਦਈ ਹੋਵੇ, ਜਿਸ ਦੀਆਂ ਰਵਾਇਤਾਂ ਇੰਨੀਆਂ ਜ਼ਾਲਮਾਨਾ ਹੋਣ ਕਿ ਇਨਸਾਨੀ ਜਿਸਮ ਨੂੰ ਕੱਟ ਕੇ ਉਹਦਾ ਨਾਚ ਵੇਖਣ ਵਾਸਤੇ ਖੁਸ਼ੀ ਹਾਸਲ ਕੀਤੀ ਜਾ ਸਕਦੀ ਹੋਵੇ, ਤਾਂ ਅੰਦਾਜ਼ਾ ਲਗਾ ਲੈਣਾ ਚਾਹੀਦਾ ਕਿ ਜਿਹੜਾ ਉਸਦਾ ਸਭ ਤੋਂ ਵੱਡਾ ਪ੍ਰਚਾਰਕ ਬਾਦਸ਼ਾਹ ਆਪਣੇ ਆਪ ਨੂੰ ਮਿੱਥਦਾ ਹੈ। ਐਲੇ ਇਸਲਾਮ ਦੀ ਦੁਨੀਆਂ ਵਿੱਚ ਬਾਦਸ਼ਾਹ ਇਸਲਾਮ ਦਾ ਸਭ ਤੋਂ ਵੱਡਾ ਖਾਦਮ ਮੰਨਿਆ ਗਿਆ। ਅੱਜ ਦੀ ਦੁਨੀਆਂ ਵਿੱਚ ਵੀ ਕੱਟੜ ਮੁਸਲਮਾਨ ਸੁੰਨੀ ਔਰੰਗਜ਼ੇਬ ਨੂੰ ਵਕਤ ਦਾ ਪੈਗੰਬਰ ਤਰਜੀਹ ਦੇਣ ਵਾਸਤੇ ਤਿਆਰ ਬੈਠੇ ਨੇ। ਦਾਸ 1970 ਵਿੱਚ ਪਾਕਿਸਤਾਨ ਵਿੱਚ ਗਿਆ, ਲਾਹੌਰ ਦੇ ਸ਼ਾਹੀ ਕਿਲ੍ਹੇ ਦੇ ਨਜ਼ਦੀਕ ਇੱਕ ਮੈਂ ਪਾਰਕ ਵੇਖੀ, ਖੂਬਸੂਰਤ ਫੁੱਲ ਲੱਗੇ ਹੋਏ, ਘਾਹ ਦੇ ਮੈਦਾਨ ਬਣਾਏ ਹੋਏ, ਫੁਹਾਰੇ ਚੱਲ ਰਹੇ ਨੇ। ਮੈਂ ਇੱਕ ਮੁਸਲਮਾਨ ਦੋਸਤ ਨੂੰ ਪੁੱਛਿਆ ਕਿ ਇਸ ਪਾਰਕ ਦਾ ਨਾਂ ਕੀ ਹੈ? ਉਸਨੇ ਕਿਹਾ ਇਸਦਾ ਨਾਂ ਹੈ ਔਰੰਗਜ਼ੇਬ ਪਾਰਕ। ਤਾਂ ਮੇਰੇ ਮਨ ਅੰਦਰ ਇੱਕ ਦਰਦ ਉੱਠਿਆ, ਪੀਸ ਉੱਠੀ ਤੇ ਫਿਰ ਮੈਂ ਫੌਰਨ ਇਤਿਹਾਸ ਦੇ ਪੰਨਿਆਂ ਨੂੰ ਪਲਟਣ ਤੇ ਮਜਬੂਰ ਹੋ ਗਿਆ। ਮੇਰੀ ਵਿਚਾਰ ਇਸ ਥਾਂ ਤੇ ਜੁੜ ਗਈ, ਉਹ ਬਾਦਸ਼ਾਹ ਜ਼ੁਲਮ ਕਿਉਂ ਨਾ ਕਰਦਾ ਜਿਸ ਦੀਆਂ ਕਈਆਂ ਪੀੜ੍ਹੀਆਂ ਦੇ ਪਿੱਛੋਂ ਵੀ ਉਹਦੇ ਨਾਂ ਤੇ ਪਾਰਕਾਂ ਬਣ ਰਹੀਆਂ। ਉਸਦੇ ਇਸ ਜ਼ੁਲਮ ਨੂੰ ਪਰਦੇ ਥੱਲੇ ਨਹੀਂ ਰੱਖਿਆ, ਉਹਦੇ ਤੇ ਇਸਲਾਮ ਨੇ ਮਾਣ ਕੀਤਾ ਕਿ ਉਸਨੇ ਹਿੰਦੁਸਤਾਨ ਦੇ ਮੰਦਰ ਢਾਏ ਨੇ। ਇਸ ਗੱਲ ਤੇ ਇਸਲਾਮ ਵਾਲਿਆਂ ਨੇ ਖੁਸ਼ੀ ਪ੍ਰਸੰਨਤਾ ਹਾਸਲ ਕੀਤੀ ਹੈ
कि उसने मस्जिदा गाइया के खून हिंदुआ के खून न उसने धोता है। काठियावाड़ के मंदिर, भुवनेश्वर के मंदिर, अयोध्या के मंदिर, प्रयागराज के मंदिर, चिंतामन के मंदिर ठा के उसने तह फेरी कर दिते। वीर सिंह बुंदेले का बनिया होया 33 लाख रुपए का मंदिर उसने अपनी आत्मा के सामने खलो के करवाया। जिस जमाने में 33 लाख रुपया खर्च होया होगा उदो कारीगर केवल एक टका रोज मिलता, तो अंदाजा लगाया जा सकता है कि उस मंदिर की इमारत कितनी खूबसूरत होगी। इथे ही बस नहीं, सबर इथे नहीं औरंगजेब का मुक जाता। वह मंदिर के पूजनीक बुतों को उठाता है, जामा मस्जिद आगरे दिल्ली से आगरे दियां पौड़ियां विच रखता है ताकि मोमन जुतियां लेके उन्होंने बुतों के उत्तों नहीं लंघ सके। हिंदुस्तान विच हिंदू धर्म नाम की कोई चीज बाकी ना रहे, औरंगजेब इसलिए मन बना के तुलिया खड़ा। जिहड़ा यह चाहता सी इस्लाम सारे हिंदुस्तान का वाहिद मन्या होया धर्म होवे, मजहब होवे, दारुल इस्लाम बन गया हिंदुस्तान, वह किवें बर्दाश्त कर सकता सी कि उस धर्म का रखवाला भी कोई दिल्ली में आन के अपना फीस पेश करने तैयार हो गए। इस वास्ते सब तो पहला साहब गुरु तेग बहादुर महाराज जी के सिखा का बलिदान होया, कुदरत नूं शायद ही मंजूर। गुरु अर्जन देव महाराज जी का साथ भी पंजां सिखा ने दिता। शहादत गुरु पातशाह की हुई है, सिखा की नहीं, सख्तियां सिखा के भी हुई। मार उन्हां पंजां सिखा नूं भी पई, जेल विच उन्हां नूं भी दिता गया, डांगा उन्हां ते भी बरसाइया गई, भुखे उन्हां नूं भी रखा गया, लेकिन शहादत केवल गुरु अर्जन देव महाराज जी ने। शायद कादर नूं यही मंजूर थी कि जिस कौम नूं सेवा ते सिमरन की दात बाकी दे गुरु साहबां ने बख्शिश की है, साहब गुरु नानक देव जी का पंजवां सरूप अपनी कौम नूं शहादत का सब कुछ सिखा लो। तो गुरु अगवाई करता है बच्चे की स्कूल विच, अध्यापक अपने विद्यार्थी नूं सब तो पहला पूर्ने पा के आप सिखाउंदा है नवा मजमून, ते ओ नवा मजमून 35 अक्षर याद करके पाए हुए पूर्णिया से उंगल चलाउंदा कलम चलाउंदा उही बच्चा एक दिन इतिहास का ते फिलासफी का महान विद्वान बनता है, किसी यूनिवर्सिटी का चांसलर तक बनता है, और किसी इंस्टीट्यूशन का हैड जाके बनता है। उही बच्चा जिहड़ा कल 35 नहीं सी जानता जिसकी कलम फड़ के अध्यापक आप चलाउणी सिखाउंदा। इत्थे की होया, गुरु अर्जन देव महाराज जी ने कौम नूं शहादत का सबक सिखाया, ते अकाल पुरख की इच्छा यह सी भी वह सबक दोहराए जाने तो पहला ये गुरु नानक देव के धर्म के विद्यार्थी वह पुराना सबक अपने गुरु को पहला सुना दे, तनखा सुना दे। यही चंगा ढंग है दुनिया में कि जिस विद्यार्थी ने अज पढ़ाया कल नवी संथा देने तो पहला उस को पुरानी पूछ ली जाएगा, जो कुछ उसको कल पढ़ाया गया थी याद है, वो सिलेबस भूलता नहीं गया, वह स्टैंडर्ड कमजोर तो नहीं हो गया। नवा सबक उदों ही देना सोचता है जब पुराने सबक का माहिर उसका विद्यार्थी हो जाए। इतने गुरु तेग बहादुर महाराज जी की शहादत तो पहला अकाल पुरख की इच्छा यह सी कि गुरु नानक देव महाराज जी का सिख अपना पुराना सबक अपने गुरु को सुना दे। शहादत का सबक गुरु तेग बहादुर महाराज जी के सामने दो सिखा ने दोहरा, मूह में चुंगला पा के करलाउंदे लोग चले गए, बाकी दे तीन सिखा ते साहिब गुरु तेग बहादुर महाराज जी ने फिर चांदनी चौक की हवाला से बंद कर दी। बादशाह यह समझदा सी कि होर दो चार दिन का वक्फा पाउण पिछों जदों गुरु तेग बहादुर जी नूं मैं दिल्ली के लाल किले बुलावांगा मैनूं यह कहण की लोड़ नहीं पैणी गुरु तेग बहादुर जी ने अपने आप इस्लाम प्रवान कर लो। औरंगजेब के मन में भुलेखा सी कि इस जुल्म की कहानी नूं वेख के गुरु तेग बहादुर महाराज अपने मन में शायद स्थिर ना रख सकन, लेकिन वह नहीं सी जानता कि उस महापुरश जिहड़ा हमेशा दुनिया नूं यह कहता रहा चिंता तां की कीजिए जो होनी होए ए मार्ग संसार को नानक फिर नहीं कोए, जो जो सो बिन सहे परो आज के काल नानक हर गुण गाए ले आज सगल जन जा। जिस महापुरुष ने जीवन के सिद्धांत नूं आप अपने शरीर नाल हंडाया ते लोकां विच बयानिया होवे
ਉਹਦੇ ਮੁਤਲਕ ਔਰੰਗਜ਼ੇਬ ਦਾ ਭੁਲੇਖਾ ਬਹੁਤ ਛੇਤੀ ਦੂਰ ਹੋ ਜਾਣਾ। ਉਸੇ ਹੀ ਰਾਤ ਇੱਕ ਘਟਨਾ ਘਟੀ, ਜੇਲ੍ਹ ਦਾ ਅੱਧੀ ਰਾਤ ਨੂੰ ਦਰਵਾਜ਼ਾ ਖੁੱਲਿਆ, ਇੱਕ ਇਨਸਾਨੀ ਜਿਸਮ ਅੰਦਰ ਲੰਘਿਆ, ਪਛਾਣਿਆ ਗਿਆ ਤੇ ਇਹ ਖਵਾਜਾ ਅਬਦੁੱਲਾ ਉਸ ਜੇਲ੍ਹ ਦਾ ਸੁਪਰਿੰਟੈਂਡੈਂਟ ਸੀ, ਜੇਲ੍ਹ ਦਾ ਦਰੋਗਾ ਸੀ। ਇਸ ਦੀ ਨਿਗਰਾਨੀ ਥੱਲੇ ਗੁਰੂ ਤੇਗ ਬਹਾਦਰ ਮਹਾਰਾਜ ਤੇ ਸਿੱਖਾਂ ਨੂੰ ਕਾਲਕੋਟ ਦੇ ਵਿੱਚ ਬੰਦ ਕੀਤਾ ਗਿਆ। ਦਾਤਾਰ ਦੇ ਪਿੰਜਰੇ ਦੇ ਦਰਵਾਜ਼ੇ ਦੇ ਕੋਲ ਪਹੁੰਚ ਕੇ ਉਸਨੇ ਬੜੀ ਸ਼ਰਧਾ ਨਾਲ ਸਤਵਾ ਜੀ ਦੇ ਪਿੰਜਰੇ ਦਾ ਦਰਵਾਜ਼ਾ ਖੋਲ੍ਹਿਆ। ਲੋਹੇ ਦੀਆਂ ਸਲਾਖਾਂ ਵਿੱਚ ਉਹ ਕੋਮਲ ਆਤਮਾ, ਦ੍ਰਿੜ ਵਿਸ਼ਵਾਸੀ ਆਤਮਾ ਐਸੇ ਸਥਾਨ ਤੇ ਖੜੀ ਕੀਤੀ ਗਈ ਸੀ ਜਿੱਥੇ ਹਜ਼ੂਰ ਬਿਲਕੁਲ ਸਿੱਧੇ ਤਨ ਕੇ ਨਹੀਂ ਸੀ ਖਲੋ ਸਕਦੇ। ਉਹਦੇ ਪਿੱਛੇ ਕਿਲ ਹਜ਼ੂਰ ਨੂੰ ਚੁਭਦੇ ਸਨ, ਮਹਾਰਾਜ ਪਾਸਾ ਨਹੀਂ ਸੀ ਵੱਟ ਸਕਦੇ, ਬੈਠ ਨਹੀਂ ਸੀ ਸਕਦੇ। ਤਾਂ ਦੁਨੀਆਂ ਦਾ ਕੋਈ ਵੱਡੇ ਤੋਂ ਵੱਡੇ ਚਿਹਰੇ ਵਾਲਾ ਮਨੁੱਖ ਸ਼ਾਇਦ ਲੋਹੇ ਦੇ ਪਿੰਜਰੇ ਵਿੱਚ ਇੱਕ ਘੜੀ ਨਾ ਕੱਟ ਸਕਦਾ। ਲੇਕਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਤਿਕਾਰਯੋਗ ਸ਼ਹੀਦ ਪਿਤਾ ਨੇ ਇਤਿਹਾਸ ਦੇ ਵਰਗੇ ਬੋਲਣ ਵਾਲੇ ਜਾਣਦੇ ਹਨ, ਕਈ ਦਿਨ ਲੋਹੇ ਦੇ ਉਸ ਸਲਾਖਾਂ ਤੇ ਤਿੱਖੀਆਂ ਨੋਕਾਂ ਵਿੱਚ ਗੁਜ਼ਾਰ ਦਿੱਤੇ। ਖਵਾਜਾ ਅਬਦੁੱਲਾ ਹਜ਼ੂਰ ਦੇ ਚਰਨਾਂ ਵਿੱਚ ਝੁਕਿਆ ਤੇ ਭੁੱਬਾ ਮਾਰ ਕੇ। ਇਮਾਨ ਵਾਲੇ ਕਿਸੇ ਵੀ ਧਰਮ ਵਿੱਚ ਹੋਣ, ਉਹ ਧਰਮੀਆਂ ਦਾ ਪੱਖ ਲਿਆ ਕਰਦੇ ਹਨ। ਗੁਰੂ ਪਿਤਾ ਨੇ ਸੀਸ ਤੇ ਪਿਆਰ ਦੇ ਕੇ ਆਖਿਆ, ਭਾਈ ਅਬਦੁੱਲਾ ਕਿਉਂ ਰੋ ਰਿਹਾ? ਹੌਕੇ ਲੈ ਕੇ ਉਸਨੇ ਆਖਿਆ, ਗਰੀਬ ਨਵਾਜ, ਜੋ ਮੈਂ ਕੱਲ ਜਾਦਨੀ ਚੌਕ ਵਿੱਚ ਵੇਖਿਆ ਮੇਰੀ ਜਨਮ ਸ਼ਕਤੀ ਤੋਂ ਬਾਹਰ, ਔਰ ਜੋ ਹੋਰ ਦੋ ਚਾਰ ਦਿਨ ਨੂੰ ਚਾਂਦਨੀ ਚੌਕ ਨੇ ਮੁੜ ਕੇ ਉਹ ਸਾਕਾ ਫੇਰ ਵੇਖਣਾ ਹੈ। ਗੁਰੂ ਪਿਤਾ, ਉਹਨਾਂ ਨੂੰ ਵੇਖਣ ਦੀ ਉਹ ਅੱਖਾਂ ਨੂੰ ਸਮਰੱਥਾ ਨਹੀਂ ਹੈ, ਉਹ ਕੂਨੀ ਸਾਕਾ ਮੈਂ ਕਿਵੇਂ ਵੇਖ ਸਕਾਂਗਾ? ਮੇਰੇ ਮਾਲਕ, ਕਿਰਪਾ ਕਰਕੇ ਜੇਲ ਦੀ ਕੋਠਰੀ ਵਿੱਚ ਚਲੇ ਜਾ। ਮੈਂ ਦਰਵਾਜ਼ਾ ਖੋਲ ਦਿੱਤਾ, ਸਵਾਰੀ ਦਾ ਪ੍ਰਬੰਧ ਕਰ ਦਿੱਤਾ ਹੈ। ਮੇਰੇ ਮਾਲਕ ਸਤਿਗੁਰੂ, ਜਦੋਂ ਇਸ ਦੁਨੀਆਂ ਵਿੱਚੋਂ ਮੈਂ ਨਹੀਂ ਤੁਰ ਜਾਵਾਂਗਾ, ਉਦੋਂ ਪਾਕ ਅੱਲਾ ਦੀ ਪਰਵਰਗਾਰ ਦੀ ਕਲਾਹੀ ਕਚਹਿਰੀ ਵਿੱਚ ਮੈਨੂੰ ਵੀ ਖਲੋਣਾ ਪਏਗਾ। ਤਾਂ ਉਸ ਵੇਲੇ ਅੱਲਾ ਜਿਹੜਾ ਤੇਰਾ ਮਿੱਤਰ ਹੈ, ਤੇਰਾ ਯਾਰ ਹੈ, ਤੂੰ ਅੱਲਾ ਦਾ ਯਾਰ ਹੈ, ਉਹ ਮੈਨੂੰ ਆਖੇਗਾ, ਅਬਦੁੱਲਾ ਉਹ ਮੇਰੇ ਸਰੂਪ ਨੂੰ ਕਾਲ ਕੋਠੀ ਵਿੱਚ ਤੇਰੀ ਸਰਦਾਰੀ ਥੱਲੇ ਨਜ਼ਰਬੰਦ ਰਹਿਣ ਪਿਆ, ਮੇਰੇ ਕੋਲ ਕੀ ਜਵਾਬ ਦੇਵੋ? ਇਹ ਨਹੀਂ ਕੀਤਾ ਜਾ ਸਕਦਾ ਦਾਤਾਰ ਸਤਿਗੁਰੂ, ਆਪ ਚਲੇ ਜਾਓ। ਗੁਰਦੇਵ ਮੁਸਕਰਾ ਕੇ ਕਹਿਣ ਲੱਗੇ, ਭਲਾ ਖਵਾਜਾ ਅਬਦੁੱਲਾ, ਜੇ ਤੇਰੀ ਗੱਲ ਮੰਨ ਲਈ ਹੈ ਤਾਂ ਤੂੰ ਇਹ ਦੱਸ ਕੇ ਸਾਡੇ ਫਰਾਰ ਹੋ ਜਾਣ ਪਿੱਛੋਂ, ਚਲੇ ਜਾਣ ਪਿੱਛੋਂ ਸਾਡੀ ਫਰਾਰੀ ਦਾ ਇਲਜ਼ਾਮ ਕਿਹਦੇ ਉੱਤੇ ਆਏ? ਅਬਦੁੱਲੇ ਨੇ ਆਖਿਆ, ਦਾਤਾਰ ਸਤਿਗੁਰੂ, ਉਹ ਇਲਜ਼ਾਮ ਮੇਰੇ ਤੇ ਆਏ। ਔਰੰਗਜ਼ੇਬ ਤੈਨੂੰ ਮੁਆਫ਼ ਕਰ ਦੇਗਾ ਕਿ ਸਜ਼ਾ ਦੇਗਾ? ਉਸਨੇ ਆਖਿਆ, ਸਤਿਗੁਰੂ ਮੈਨੂੰ ਸਜ਼ਾ ਦੇਗਾ। ਕਿਹੜੀ ਸਜ਼ਾ? ਖਵਾਜਾ ਅਬਦੁੱਲਾ ਨੇ ਬੜੀ ਗੰਭੀਰਤਾ ਭਰੀ ਸੁਰ ਵਿੱਚ ਆਖਿਆ, ਸਤਿਗੁਰੂ ਜਿਹੋ ਜੀ ਸਜ਼ਾ ਆਪ ਦੇ ਸਤਿਕਾਰਯੋਗ ਸਿੱਖਾਂ ਦੇ ਭਾਗਾਂ ਵਿੱਚ ਆਈ ਹੈ, ਸ਼ਾਇਦ ਇਸ ਤੋਂ ਵੀ ਬੁਰੀ ਸਜ਼ਾ ਬਾਦਸ਼ਾਹ ਮੈਨੂੰ ਦੇ। ਗੁਰਦੇਵ ਨੇ ਕਿਹਾ, ਤੂੰ ਉਸ ਸਜ਼ਾ ਨੂੰ ਬਖੁਸ਼ੀ ਪ੍ਰਵਾਨ ਕਰੇਗਾ? ਤਾਂ ਮਹਾਰਾਜ ਦੇ ਚਰਨ ਫੜ ਕੇ ਰੋ ਕੇ ਖਵਾਜਾ ਅਬਦੁੱਲਾ ਨੇ ਆਖਿਆ, ਗੁਰਦੇਵ ਇੰਨੀ ਖੁਸ਼ੀ ਨਾਲ ਕਿ ਸਾਰੀ ਦੁਨੀਆਂ ਦੀ ਖੁਸ਼ੀ ਮੈਨੂੰ ਉਸ ਸਜ਼ਾ ਵਿੱਚ ਹਾਸਲ ਕਰਨ ਵਿੱਚ ਹੋਏਗੀ। ਮੇਰੇ ਦਾਤਾ, ਮੇਰੇ ਪਾਤਸ਼ਾਹ ਨੇ ਉਸਦੇ ਸੀਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਖਿਆ, ਭਾਈ ਖਵਾਜਾ ਅਬਦੁੱਲਾ, ਤੇਰੇ ਕੋਲ ਕੇਵਲ 5-6 ਦਿਨ ਦੀ ਸਿੱਖੀ ਹੈ, ਸਤਿਗੁਰੂ ਦੀ ਹਜ਼ੂਰੀ ਵਿੱਚ ਤੈਨੂੰ ਕੁਝ ਦਿਨ ਰਹਿਣ ਦਾ ਸਮਾਂ ਮਿਲਿਆ ਤੇ ਤੇਰੇ ਮਨ ਵਿੱਚ ਸਿੱਖੀ ਲਈ ਇਹਦੀ ਵੱਡੀ ਸ਼ਰਧਾ ਪੈਦਾ ਹੋਈ, ਤੂੰ ਸੱਚ ਨੂੰ ਪ੍ਰਾਪਤ ਹੋ ਗਿਆ। ਇਹ ਦੱਸ ਕਿ 5-6 ਦਿਨਾਂ ਦਾ ਸਬਕ ਪੜ ਜਾਣ ਪਿੱਛੋਂ ਤੇਰੇ ਮਨ ਵਿੱਚ ਇਹ ਭਾਵਨਾ ਹੈ ਕਿ ਉਹ ਮਰਦਾਂ ਦੀ ਮੌਤ ਤੇਰੇ ਹਿੱਸੇ ਆਵੇ, ਔਰ ਜਿਹਦੇ ਕੋਲ ਤੂੰ ਸਿੱਖਿਆ ਲਈ ਹੈ ਉਸ ਮੌਤ ਨੂੰ ਤਲਾਂਜਲੀ ਦੇ ਕੇ ਕਿਵੇਂ ਜਾ? ਨਹੀਂ, ਅਸੀਂ ਇਸ ਜੇਲ੍ਹ ਵਿੱਚੋਂ ਜਾਣ ਲਈ ਤਿਆਰ ਨਹੀਂ, ਕਿਉਂਕਿ ਇਸ ਜੇਲ੍ਹ ਤੋਂ ਜਾਣ ਲਈ ਆਏ ਨਹੀਂ। ਜੇ ਸਾਨੂੰ ਇੱਥੇ ਆਉਣਾ ਪਿਆ, ਖੁਸ਼ੀ ਨਾਲ ਆਏ ਹਾਂ, ਕੋਈ ਮਜਬੂਰੀ ਨਹੀਂ ਸੀ ਸਾਡੇ ਤੇ ਕੋਈ ਇਸ ਗੱਲ ਦਾ। ਅਸੀਂ ਗੁਰਦੁਆਰਾ ਦਾ ਧਰਮ ਬਚਾਉਣ ਵਾਸਤੇ ਆਏ ਹਾਂ, ਫਰਾਰ ਹੋਣ ਵਾਸਤੇ ਨਹੀਂ ਆਏ। ਖਵਾਜਾ ਅਬਦੁੱਲਾ ਦੀਆਂ ਅੱਖਾਂ ਵਿੱਚੋਂ ਗੰਗਾ ਜਮਨਾ ਵਹਿ ਤੁਰੀ, ਉਹ ਅਥਰੂ ਪਵਿੱਤਰ ਨੇ ਕਈਆਂ ਗੰਗਾ ਤੇ ਜਮਨਾਵਾਂ ਨਾਲੋਂ, ਜਿਹੜੇ ਅਥਰੂ ਧਰਮ ਦੇ ਹੱਕ ਵਿੱਚ ਕਿਰਦੇ ਨੇ, ਮਜ਼ਲੂਮ ਵਾਸਤੇ ਕਿਰਦੇ ਨੇ, ਕਿਸੇ ਦੁਖੀ ਵਾਸਤੇ, ਕਿਸੇ ਦਰਦਮੰਦ ਵਾਸਤੇ ਜਿਹੜੇ ਅਥਰੂ ਅੱਖਾਂ ਵਿੱਚੋਂ ਨਿਕਲਦੇ ਨੇ, ਉਹ ਅਥਰੂ ਪੂਜਨੀਕ ਨੇ, ਉਹ ਅੰਮ੍ਰਿਤ ਨੇ। ਖਵਾਜਾ ਅਬਦੁੱਲਾ ਨੇ ਆਖਿਆ, ਮੇਰੇ ਸਤਿਗੁਰੂ, ਕੀ ਦਾਸ ਟੁੱਟੇ ਹੋਏ ਮਨ ਨਾਲ ਆਪ ਕੋਲ ਵਿਦਾ ਹੋਵੇਗਾ? ਮੇਰੀ ਅਰਦੋਈ ਗੁਰੂ ਨਾਨਕ ਦੇ ਦਰ ਪ੍ਰਵਾਨ ਨਹੀਂ ਹੋਏਗੀ,
मैं तो सुनिया कि इस दर विचों करे किसी नूं निराशा नहीं मोड़िया गया कि ख्वाजा अब्दुल्ला नाराज चले जाएगा, बख्शन सतगुरु तेरे दर विच कुछ नहीं मेरे लिए। बड़ा मिठा जिहा उलांभा मारिया मेरे गुरदेव ने हस के प्रवान कर दिया, आख्या हां ख्वाजा अब्दुल्ला तेरी सेवा भी गुरु नानक के दर थाए पाएगी। असी अपने बाकी के तिना सिखा तेरा मान रखने लिए और कुछ जरूरी ड्यूटियां निभाने वास्ते इस जेल में जाने की आग्या खुशी न देंगे। बाबा गुरदित्ता जी, बाबा गोड़ा जी की बंश क्यों, बाबा जैता जी, बाबा उदा रठौर मेरे पातशाह के चरणों में भुब्बा मार के रोन लग गए। सतगुरु अपने चरणों नालों नन खेड़ो, सानू जान का हुक्म दे रहे हो, भाई मतीदास से दयाले का साथ देने वास्ते क्यों नहीं कहने मेरे मालिक। असा नहीं जाना सचे पातशाह श्रद्धालुओं की उस बेनती बहुत वड्डा परला। गुरु पातशाह ने कहा देखो सूरमियो, मर्दां दी खातर, मर्दानगी दी खातर, कमजोरां दी खातर जीना भी एक जिंदगी है और तुहानू कमजोरां दी खातर जीना पएगा। शहादत का मैदान तुहाडे लई फिर भी खुला रहे, शरीर अज ना देश तो वारिया कल वारता की फर्क पैंदा। तुसी सनमुख हो, तुसी उसे ही तरह के हो जिस तरह का मैनू मेरिया नजरों में भाई दयाला जी ने, जिस तरह के मेरिया नजरों में भाई मतीदास जी ने, भाई उदा जी, भाई जैता जी, उदा रखौर जी, मेरिया नजरों में तुसी उन्होंने दुपरे आ रहे नहीं, तुसी मेरी इच्छा नाल जाओ। हुक्म अगे कोई वेव नहीं, तिना ड्यूटियां सौंपियां। बाबा गुरदित्ता जी करनी ड्यूटी आई कि तुसा ने गुरियाई का तिलक लैके साढ़े वालों पांच पैसे ते नारियल लैके तुसा गोबिंद राय जी लई आनंदपुर पहुंचे और गुरता उन्होंने साड़ी वालों जाके भेट कर देनी है। वैसे तो असी रस्म अदा कर आए, ऐलान कर आए स, लेकिन रस्म अदा करनी बाकी सी, वो भी हो जानी चाहिए। दूसरे दो सिखा आख्या तुसा साढ़े सीस से धर्म टिकाने लाना है, तुहाडे मोढ़िआं उत्ते जिम्मेवारी आएगी। दूसरी गल है कि शहादत तुसा अखां नाल वेखनी, मेरे निश्चय अनुसार किसी होर जुल्म नूं वेखण वास्ते मनुख जी चाहे तो अख अपनी बंद कर सके, किसी कतल हुंदे नूं जे वह मौके ते वेखना होवे जी चाहे वह अखां बंद कर, लेकिन इसे शहादत गुरदेव ने देनी। सिख नूं यह हुक्म है कि उसने अखां खोल के रखनिया ने। बहुत वड्डा करड़ा इम्तिहान है मेरे मित्रों, गुरदेव की पवित्र गर्दन उत्ते जुल्म दी तलवार चलती, सिख अखां खोल के वेखे क्योंकि वह मौके का गवाह हो। सिख ने झूठ नहीं बोलना, उसने सच कहना है तो सच वो तां कहेगा जो इन अखां नाल वेखेगा। यह जिम्मेवारी सौंप दी गई, इन आत्मावां गुरदेव के चरणों नालों निखड़ियां भुब्बा मारियां। हुक्म अगे कोई वेर नहीं सी, महाराज जी वास्ते गुरियाई लैके बाबा गुरदित्ता जी मंजिलों मंजिल आनंदपुर साहिब में तुर पाए।